ਆਸਟ੍ਰੇਲੀਆ ਵਿੱਚ ਜੰਗਲੀ ਅੱਗ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸਿਡਨੀ ਸ਼ਹਿਰ ਹੁਣ ਪੂਰਾ ਪ੍ਰਦੂਸ਼ਿਤ ਸ਼ਹਿਰ ਬਣ ਚੁੱਕਿਆ ਹੈ। ਇਹ ਜੰਗਲੀ ਅੱਗ ਪਿਛਲੇ ਕਈ ਦਿਨਾਂ ਤੋਂ ਲੱਗੀ ਹੋਈ ਹੈ, ਜਿਸ ਤੇ ਅੱਜ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਜ਼ਿਕਰਯੋਗ ਹੈ ਕਿ ਸਿਡਨੀ ਦੇ ਉੱਤਰ ਦੇ ਵੱਲ 50 ਕਿਲੋਮੀਟਰ ਖੇਤਰ ਦੇ ਵਿੱਚ ਲੱਗੀ ਹੈ ਅੱਗ ਹੁਣ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਰਾਜਧਾਨੀ ਸਿਡਨੀ ਦੇ ਆਸਮਾਨ ਤੇ ਧੂੰਏ ਦੇ ਬਾਦਲ ਛਾ ਚੁੱਕੇ ਨੇ। ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਨੇ ਕਿ ਲੋਕਾਂ ਨੂੰ ਹੁਣ ਮਾਸਕ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੋਕ ਮਾਸਕ ਲਗਾ ਕੇ ਘਰ ਤੋਂ ਬਾਹਰ ਨਿਕਲ ਰਹੇ ਨੇ। ਉੱਥੇ ਸ਼ਹਿਰ ਦੇ ਵਿੱਚ ਆਯੋਜਿਤ ਹੋਣ ਵਾਲੇ ਕਈ ਖੇਡ ਸਮਾਗਮ ਵੀ ਖਾਰਜ ਕਰ ਦਿੱਤੇ ਗਏ ਨੇ। ਫਾਇਰ ਬ੍ਰਿਗੇਡ ਵਿਭਾਗ ਦੇ ਮੁਤਾਬਕ ਸਿਡਨੀ ਦੇ ਨੇੜਲੇ ਹੌਕਸਬਰੀ ਹੰਡਰ ਅਤੇ ਸੈਂਟਰਲ ਕੋਸਟ ਇਲਾਕੇ ਦੇ ਵਿੱਚ ਅੱਗ ਨੇ ਤਬਾਹੀ ਮਚਾਈ ਹੋਈ ਹੈ। ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਹੈ ਕਿ ਹੁਣ ਇਸ ਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਭਿਆਨਕ ਅੱਗ ਦੇ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 700 ਘਰ ਸੜ ਕੇ ਸੁਆਹ ਹੋ ਚੁੱਕੇ ਨੇ ਅਤੇ ਕੁਝ ਲੋਕ ਲਾਪਤਾ ਵੀ ਦੱਸੇ ਜਾ ਰਹੇ ਨੇ। ਇਸ ਅਗਨੀਕਾਂਡ ਦੇ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ। ਖਿਡਾਰੀਆਂ ਨੂੰ ਖੇਡਣ ਦੇ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ। ਚਾਰੇ ਪਾਸੇ ਹੀ ਧੂੰਏ ਦੀ ਚਾਦਰ ਦੇਖੀ ਜਾ ਸਕਦੀ ਹੈ। ਉੱਥੇ ਦੂਜੇ ਪਾਸੇ ਸਮੁੰਦਰ ਦੇ ਪਾਣੀ ਦੇ ਨਾਲ ਕਿਨਾਰਿਆਂ ਦੇ ਉੱਤੇ ਰਾਖ ਵੀ ਆ ਰਹੀ ਹੈ। ਇਹ ਸਭ ਨੂੰ ਦੇਖਦੇ ਹੋਏ ਅਸਥਮਾ ਅਤੇ ਸਾਹ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਆ ਸਕਦੀਆਂ ਨੇ, ਜਿਸ ਕਰਕੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਆਸਟ੍ਰੇਲੀਆ ਦੇ ਵਿੱਚ ਅੱਗ ਦਾ ਮੌਸਮ ਲੰਬਾ ਖਿੱਚ ਸਕਦਾ ਹੈ। ਮੀਡੀਆ ਡੈਸਕ ਦਾ ਟੀਵੀ NRI। ਹਰ ਸਮੱਸਿਆ ਦਾ ਗਾਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ। ਪੰਚਾਇਤ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ ਪੱਕੇ ਹੋਣ ਲਈ ਪੀਆਰ ਲਈ ਫੋਨ ਕਰੋ। ਸਪੈਸ਼ਲਿਸਟ ਲੋਟਰੀ ਨੰਬਰ ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ। ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਕਾਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ +1416904996 ਤੇ।